ਪੰਜਾਬ ਤੋਂ ਪ੍ਰਾਈਵੇਟ ਬੱਸਾਂ ਦੀ ਮਨਮਾਨੀ ਰੋਕਣ ਅਤੇ ਸਰਕਾਰ ਦਾ ਸਮਾਂ ਖਰਾਬ ਕਰਨ ਵਾਲੀ ਪ੍ਰਾਈਵੇਟ ਬੱਸਾਂ ਤੇ ਸ਼ਿਕੰਜਾ ਕਸਣ ਜਾ ਰਹੀ ਹੈ। ਪੰਜਾਬ ਸਰਕਾਰ ਪੰਜਾਬ ਦੀ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਨੇ ਦੀਨਾਨਗਰ 'ਚ ਪ੍ਰੈਸ ਕਾਨਫਰੰਸ ਕਰ ਦੱਸਿਆ ਕਿ ਟਰਾਂਸਪੋਰਟ 'ਚ ਸੁਧਾਰ ਕਰਨ ਦੇ ਲਈ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਵਿੱਚ GPS ਸਿਸਟਮ ਲਗਾਇਆ ਜਾਵੇਗਾ। ਇਹ ਇੱਕ ਬਹੁਤ ਵੱਡਾ ਬੱਸਾਂ ਦਾ ਇੱਕ ਜਾਣਦੇ ਸਾਡੇ ਬਹੁਤ ਕਾਮਨ ਮੈਨ ਜਿਹੜੇ ਨੇ ਉਹ ਬੱਸਾਂ 'ਚ ਜਾਂਦੇ ਟਰੈਵਲ ਕਰਦੇ ਨੇ, ਸਫ਼ਰ ਕਰਦੇ ਨੇ, ਕਈ ਲੋਕ ਸਵੇਰੇ ਡਿਊਟੀਜ਼ 'ਤੇ ਜਾਂਦੇ ਨੇ। ਸੋ ਬੱਸਾਂ ਦੀ ਕਾਫੀ ਘਾਟ ਸੀ, ਸੋ ਅਸੀਂ 600 ਬੱਸਾਂ ਨਵੀਆਂ ਲੈ ਕੇ ਆਏ ਹਾਂ, ਜਿਹਦੇ ਵਿੱਚੋਂ 300 ਬੱਸਾਂ ਨੇ ਜਿਹੜੀਆਂ ਉਹ ਪਨ ਬੱਸ ਦੀਆਂ ਨੇ, 30 ਬੱਸਾਂ ਵੋਲਵੋ ਬੱਸਿਸ ਔਰ 280 ਰੋਡਵੇਜ਼ ਦੀਆਂ ਬੱਸਾਂ ਰੋਡਵੇਜ਼ 'ਚ ਲਗਾ ਰਹੇ ਹਾਂ। ਔਰ ਹਰ ਬੱਸ ਦੇ ਵਿੱਚ GPS ਸਿਸਟਮ ਹੋਏਗਾ, ਇਹਦੇ ਨਾਲ ਸਾਨੂੰ ਪਿਲਫਰੇਜ ਡੀਜ਼ਲ ਦੀ ਪਿਲਫਰੇਜ ਔਰ ਕਿਹੜੀ ਬੱਸ ਇਸ ਵੇਲੇ ਕਿੱਥੇ ਹੈ, ਕਿਉਂਕਿ ਉਹ ਸਾਰਾ ਕੁਝ ਹੈੱਡਕੁਆਟਰ ਦੇ ਉੱਤੇ ਗਲੋਬਲੀ ਜਿਹੜਾ ਡਾਟਾ ਉਹ ਸਾਡੇ ਕੋਲ ਆ ਜਾਏਗਾ। ਔਰ ਕਿੰਨੇ ਬੱਸ ਸਟੈਂਡ 'ਤੇ ਜਿੰਨਾ ਉਹਦਾ ਅਲੋਟਿਡ ਟਾਈਮ ਹੈ ਪ੍ਰਾਈਵੇਟ ਬੱਸਿਸ ਦਾ ਜਾਂ ਸਰਕਾਰੀ ਬੱਸਾਂ ਦਾ, ਉਹ ਕਿੰਨੀ ਦੇਰ ਉੱਥੇ ਖੜ੍ਹੀਆਂ ਰਹੀਆਂ ਨੇ ਜਾਂ ਆਪਣੇ ਟਾਈਮ ਤੋਂ ਜ਼ਿਆਦਾ ਤਾਂ ਨਹੀਂ ਉੱਥੇ ਖੜ੍ਹੀਆਂ ਰਹੀਆਂ। ਸੋ ਇਹ ਸਾਰੀ ਹੀ ਜਿਹੜੀ ਪੋਜੀਸ਼ਨ ਹੈ ਅਸੀਂ ਚੰਡੀਗੜ੍ਹ ਹੈੱਡਕੁਆਟਰ 'ਤੇ ਬੈਠ ਕੇ ਆਪਾਂ ਮੋਨੀਟਰ ਕਰ ਸਕਦੇ ਹਾਂ ਔਰ ਦੇਖ ਸਕਦੇ ਹਾਂ। ਸੋ ਇਸ ਕਰਕੇ ਇਹਦੇ ਨਾਲ ਹੀ ਕਾਫੀ ਸੁਧਾਰ ਹੋਏਗਾ। ਔਰ ਜੇ ਕੋਈ ਆਏ ਆਪਣੇ ਟਾਈਮ ਤੋਂ ਜ਼ਿਆਦਾ ਜਾਂ ਕੋਈ ਡੀਜ਼ਲ ਦੀ ਬਿਲਫਰੇਜ ਹੈ ਉਹ ਸਾਨੂੰ ਉੱਥੇ ਬੈਠੇ ਪਤਾ ਲੱਗ ਜਾਏਗਾ। ਇਹ ਅਸੀਂ ਸਰਕਾਰੀ ਹੀ ਨਹੀਂ ਪ੍ਰਾਈਵੇਟ ਬੱਸਾਂ ਦੇ ਵਿੱਚ ਵੀ ਇਹ ਕੰਪਲਸਰੀ ਕਰ ਰਹੇ ਹਾਂ। ਉਹਦੇ ਵਾਸਤੇ ਵੀ ਅਸੀਂ ਇੱਕ ਹਾਈਕੋਰਟ 'ਚ ਕੇਸ ਚੱਲ ਰਿਹਾ ਹੈ, ਉਹ ਕੁਐਸ਼ ਕਰ ਦਿੱਤਾ ਸੀ, ਉਹ ਕੇਸ ਅਜੇ ਚੱਲ ਰਿਹਾ, ਅਸੀਂ ਉਹਦੀ ਪੈਰਵਾਈ ਕਰ ਰਹੇ ਹਾਂ ਔਰ ਜਲਦੀ ਉਹਦੇ ਬਾਰੇ 'ਚ ਜਦੋਂ ਵੀ ਫੈਸਲਾ ਆ ਜਾਏਗਾ ਅਸੀਂ ਜਿਹੜੇ ਇਲੀਗਲ ਪਰਮਿਟਸ ਨੇ ਜਾਂ ਇਲੀਗਲ ਰੂਟਸ ਨੇ ਉਹਨਾਂ 'ਤੇ ਮਲਟੀਪਲ ਜਿਹੜੀਆਂ ਚੱਕਰ ਲਾਉਂਦੀਆਂ ਵੀ ਅਲਾਊਡ 2 ਬੱਸਾਂ ਹੀ ਨੇ ਲੇਕਿਨ 4 ਬੱਸਾਂ ਉਸੇ ਰੂਟ 'ਤੇ ਚੱਲ ਰਹੀਆਂ ਨੇ ਉਸੇ ਕੰਪਨੀ ਦੀਆਂ, ਇਹ ਸਾਰਾ ਹੀ ਅਸੀਂ ਰੀਵੈਂਪ ਕਰਾਂਗੇ ਔਰ ਪੁਰਾਣੇ ਜਿੰਨੇ ਵੀ ਪਰਮਿਟਸ ਨੇ ਇਸ ਤਰ੍ਹਾਂ ਇਲੀਗਲ ਪਰਮਿਟਸ ਉਹਨਾਂ ਨੂੰ ਕੁਐਸ਼ ਕਰਾ ਕੇ। ਦੀਨਾਨਗਰ ਤੋਂ ਦੀਪਕ ਕੁਮਾਰ ਦੀ ਰਿਪੋਰਟ, ਚੈਨਲ 2।